ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਜੂਨਾਂ ਵਿੱਚੋਂ ਜਿਹੜੀ ਮਹਾਨ ਜੂਨ ਹੈ, ਉੱਤਮ ਜੂਨ ਹੈ, ਉਹ ਬੰਦੇ ਦੀ, ਇਨਸਾਨ ਦੀ ਜੂਨ ਗਿਣੀ ਗਈ ਹੈ। ਪਰ ਸਭ ਤੋਂ ਜ਼ਿਆਦਾ ਭੁੱਲਿਆ ਹੋਇਆ, ਭਟਕਦਾ ਹੋਇਆ, ਕੁਰਾਏ ਪਿਆ ਹੋਇਆ, ਡਰਦਾ ਹੋਇਆ, ਭੈ ਭੀਤ, ਚਿੰਤਿਤ ਜੇ ਕੋਈ ਨਜ਼ਰ ਆਉਂਦਾ ਹੈ ਤਾਂ ਉਹ ਵੀ ਇਨਸਾਨ ਹੀ ਆਉਂਦਾ ਹੈ, ਬੰਦਾ ਹੀ ਆਉਂਦਾ ਹੈ, ਦੂਜਾ ਨਹੀਂ। ਇਹਦੀ ਚਿੰਤਾ ਦਾ ਇੱਕ ਕਾਰਨ ਨਹੀਂ, ਕਈ ਕਾਰਨ ਹੋ ਸਕਦੇ ਨੇ, ਕਾਰੋਬਾਰ ਨੂੰ ਲੈ ਕੇ, ਪਰਿਵਾਰ ਨੂੰ ਲੈ ਕੇ। ਜਿਹੜੀ ਕੁਛ ਜ਼ਰੂਰੀ ਗੱਲਾਂ ਨੇ, ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਸੋਚਣਾ ਮਨੁੱਖੀ ਫਰਜ਼ ਹੈ। ਥੋੜ੍ਹਾ ਬਹੁਤ ਮਨ ਦੇ ਅੰਦਰ ਚਿੰਤਾ ਦਾ ਆਉਣਾ, ਉਹ ਵੀ ਆ ਜਾਂਦਾ ਹੈ। ਪਰ ਫਜ਼ੂਲ ਦੀ ਚਿੰਤਾ ਦੀ ਗੱਲ ਕਰਨ ਲੱਗਾ, ਜਿਹੜੀ ਵਿਅਰਥ ਦਾ ਡਰ ਹੈ ਅਤੇ ਵਿਅਰਥ ਦੀ ਚਿੰਤਾ ਆਪਣੇ ਸਿਰ ਦੇ ਉੱਤੇ ਬੋਝ ਬਣਾ ਕੇ ਚੱਕੀ ਫਿਰਦਾ ਹੈ। ਸਭ ਤੋਂ ਵੱਧ ਸਿਆਣਾ ਬੰਦਾ ਅਤੇ ਸਭ ਤੋਂ ਵੱਧ ਡਰਿਆ ਹੋਇਆ ਬੰਦਾ ਹੀ ਮਿਲਦਾ ਹੈ। ਔਰ ਇਹਦੇ ਡਰ ਦੀਆਂ ਜਿਹੜੀਆਂ ਝਾਕੀਆਂ ਨੇ ਨਾ, ਜਿਹੜੇ ਡਰ ਦੇ ਲੱਛਣ ਨੇ, ਉਹ ਸਵੇਰ ਤੋਂ ਸ਼ਾਮ ਤੱਕ ਨੋਟ ਕਰੋ ਅਤੇ ਤਕਰੀਬਨ ਬਹੁਤ ਥਾਈਂ ਅਤੇ ਬਹੁਤ ਵਾਰੀ ਤੁਹਾਨੂੰ ਵੇਖਣ ਵਾਸਤੇ ਮਿਲ ਜਾਂਦੇ ਨੇ। ਉੱਠਣ ਤੋਂ ਲੈ ਕੇ, ਆਪਣੇ ਬੈੱਡ ਤੋਂ, ਬਿਸਤਰ ਤੋਂ ਉੱਠਣ ਤੋਂ ਲੈ ਕੇ ਸੌਂਦੇ ਵਕਤ ਤੱਕ ਡਰਦਾ ਹੋਇਆ, ਭਟਕਦਾ ਹੋਇਆ, ਭੈ ਭੀਤ ਚਿਹਰੇ ਵਾਲਾ ਨਜ਼ਰ ਪੈਂਦਾ ਹੈ ਜੇ ਕੋਈ, ਤਾਂ ਉਹ ਬੰਦਾ ਹੀ ਨਜ਼ਰ ਪੈਂਦਾ ਹੈ। ਹੁਣ ਡਰਦਾ ਕਿੱਥੋਂ ਹੈ? ਰੁੱਖਾਂ ਤੋਂ ਡਰਦਾ ਹੈ, ਪਿੱਪਲਾਂ ਤੋਂ ਡਰਦਾ ਹੈ, ਪਾਣੀਆਂ ਤੋਂ ਡਰਦਾ ਹੈ, ਧਾਗਿਆਂ ਤੋਂ ਡਰਦਾ ਹੈ, ਕੁੱਤਿਆਂ ਬਿੱਲੀਆਂ ਤੋਂ ਡਰਦਾ ਹੈ, ਗਧਿਆਂ ਤੋਂ ਡਰਦਾ ਹੈ, ਗ੍ਰਹਿਆਂ ਤੋਂ ਡਰਦਾ ਹੈ, ਸੂਰਜ ਤੋਂ ਡਰਦਾ ਹੈ, ਚੰਦਰਮਾ ਤੋਂ ਡਰਦਾ ਹੈ। ਇਹ ਤਾਂ ਗਿਣਤੀ ਦੇ ਮੈਂ ਨਾਂ ਲਏ, 2-4। ਇਹਦੇ ਡਰ ਦੀ ਇੱਕ ਨਹੀਂ, ਅਨੇਕ ਤਰ੍ਹਾਂ ਦੇ ਬੇਸ ਨੇ, ਅਨੇਕ ਤਰ੍ਹਾਂ ਦੀਆਂ ਤਰਾਵਾਂ ਨੇ। ਥਾਂ ਥਾਂ 'ਤੇ ਡਰਦਾ ਹੈ, ਪੈਰ ਪੈਰ 'ਤੇ ਡਰਦਾ ਹੈ, ਰੁੱਖਾਂ ਤੋਂ ਡਰਦਾ ਹੈ। ਕੋਈ ਪਿੱਪਲ ਨੂੰ ਡਰਦਾ ਪਾਣੀ ਪਾਈ ਜਾ ਰਿਹਾ, ਅਤੇ ਕੋਈ ਬੇਰੀ ਦੇ ਬੇਰ ਖਾਈ ਜਾ ਰਿਹਾ ਜੀ, ਇਹ ਪ੍ਰਸ਼ਾਦ ਦੇ ਨਾ ਖਾਧਾ ਤਾਂ ਪਤਾ ਨਹੀਂ ਕੀ ਨੁਕਸਾਨ ਹੋ ਜਾਣਾ। ਕੋਈ ਟਾਹਲੀ ਨੂੰ ਪੂਜੀ ਜਾ ਰਿਹਾ, ਕੋਈ ਜੰਡੀਆਂ ਨੂੰ ਪੂਜੀ ਜਾ ਰਿਹਾ, ਕੋਈ ਵਣਾ ਕਿੱਕਰਾਂ ਨੂੰ ਪੂਜੀ ਜਾ ਰਿਹਾ, ਰੁੱਖਾਂ ਤੋਂ ਵੀ ਡਰਦਾ ਹੈ। ਹੈ ਬੰਦਾ ਜਿੰਨੇ ਰੁੱਖ ਉਗਾਏ ਨੇ, ਪਾਣੀ ਦਿੱਤਾ ਹੈ, ਰੁੱਖਾਂ ਨੂੰ ਵੱਡਾ ਕੀਤਾ ਹੈ, ਉਹਨਾਂ ਰੁੱਖਾਂ ਤੋਂ ਹੀ ਆਪ ਅੱਜ ਡਰਦਾ ਹੋਇਆ ਨਜ਼ਰ ਪੈ ਰਿਹਾ। ਕੁੱਤੇ ਬਿੱਲੀ ਤੋਂ, ਗਧੇ ਤੋਂ ਡਰਦਾ ਹੋਇਆ ਨਜ਼ਰ ਪੈ ਰਿਹਾ। ਕਮਾਲ ਦੀ ਗੱਲ ਹੈ, 84 ਦਾ ਸਰਦਾਰ, ਉੱਤਮ ਜੂਨੀਆਂ ਵਿੱਚੋਂ ਅਖਵਾਉਣ ਵਾਲਾ ਬੰਦਾ ਜਦੋਂ ਕਿਧਰੇ ਨਿਕਲਦਾ ਹੈ, ਇਹਦਾ ਰਾਹ ਅੱਗੋਂ ਬਿੱਲੀ ਕੱਟ ਦਿੰਦੀ ਅਤੇ ਵਾਪਸ ਆ ਜਾਂਦਾ, ਆਖੇ ਮੇਰਾ ਕੰਮ ਨਹੀਂ ਬਣਨਾ। ਬਈ ਕਿਉਂ ਨਹੀਂ ਬਣਨਾ? ਆਖੇ ਬਿੱਲੀ ਰਾਹ ਕੱਟ ਗਈ ਤਾਂ ਕੰਮ ਨਹੀਂ ਬਣਨਾ। ਜਦੋਂ ਕਿਧਰੇ ਇਹ ਬੰਦਾ ਤੁਰਦਾ ਹੈ ਅਤੇ ਰਾਹ ਦੇ ਵਿੱਚ ਗਧਾ ਮਿਲ ਪਿਆ, ਗਧਾ ਬੋਲ ਪਿਆ, ਹਿਣਕ ਪਿਆ, ਅਤੇ ਤਾਂ ਵਾਪਸ ਆ ਜਾਂਦਾ। ਕਮਾਲ ਦੀ ਗੱਲ ਹੈ, ਪੜ੍ਹਿਆ ਲਿਖਿਆ ਬੰਦਾ, ਵੈੱਲ ਐਜੂਕੇਟਿਡ ਪਰਸਨ, ਔਰ ਡਰ ਕਿਤੇ ਤੁਰਿਆ? ਗਧੇ ਤੋਂ। ਅੱਛਾ, ਜੇ ਜੂਨਾਂ ਵਿੱਚੋਂ ਗੱਲ ਕਰਨੀ ਹੋਵੇ ਤਾਂ ਮੂਰਖ ਕਿਹਨੂੰ ਕਿਹਾ ਜਾਂਦਾ ਭਲਾ? ਗਧੇ ਨੂੰ ਕਹਿੰਦੇ ਹੋ ਨਾ। ਜਦੋਂ ਆਮ ਕੋਈ ਬੰਦਾ ਹੋਵੇ, ਬੱਚਾ ਹੋਵੇ, ਕੋਈ ਗੱਲ ਨਾ ਸਮਝੇ, ਵਾਰ ਵਾਰ ਸਮਝਾਉਣ 'ਤੇ ਵੀ ਨਾ ਸਮਝੇ, ਤਾਂ ਕੀ ਤਖੱਲਸ਼ ਦਿੰਦੇ ਹੋ? ਕੀ ਲਕਬ ਦਿੰਦੇ ਹੋ? ਕਹਿੰਦੇ ਹੋ ਨਿਰਾ ਗਧਾ ਹੈ। ਜੇ ਕੋਈ ਡਰਦਾ ਕਹਿ ਦਿੰਦੇ ਹੋ ਗਿੱਦੜ ਹੈ, ਡਰਦਾ ਬੜਾ ਹੈ। ਇਹ ਗਧਾ ਹੈ। ਕਿਉਂ ਗਧਾ ਹੈ ਬਈ? ਹੈ ਤਾਂ ਬੰਦਾ, ਗਧਾ ਕਿਉਂ? ਕਹਿ ਦਿੰਦੇ ਉਹ ਗੱਲ ਸਮਝ 'ਚ ਆਉਂਦੀ ਨਹੀਂ, ਇਹਦੇ 'ਚ ਵਾਰ ਵਾਰ ਸਮਝਾਉਣ ਦੇ ਯਤਨ ਕਰਨ ਤੋਂ ਬਾਅਦ ਵੀ ਗੱਲ ਇਹਦੇ ਪੱਲੇ ਨਹੀਂ ਪੈਂਦੀ, ਨਿਰਾ ਗਧਾ ਹੈ। ਹੁਣ ਜਿਹੜੇ ਮੂਰਖ ਤੋਂ ਮੂਰਖ ਜੂਨ ਤੁਸੀਂ ਗਧੇ ਨੂੰ ਗਿਣਿਆ, ਅਤੇ ਜਿਹੜਾ ਆਪਣੇ ਆਪ ਨੂੰ PhD ਹੋਲਡਰ ਅਖਵਾਉਂਦਾ ਹੈ, ਡਾਕਟਰ ਹੈ, ਸਾਇੰਟਿਸਟ ਹੈ, ਪੜ੍ਹਿਆ ਲਿਖਿਆ ਹੈ, ਉਹ ਗਧੇ ਤੋਂ ਡਰਦਾ ਹੋਇਆ ਵਾਪਸ ਆ ਗਿਆ ਵੀ ਗਧੇ ਨੇ ਮੇਰਾ ਕੰਮ ਵਿਗਾੜ ਦੇਣਾ ਹੈ। ਗਧਾ ਵਿਚਾਰਾ ਆਪਣੇ ਆਪ ਜੋਗਾ ਨਹੀਂ ਹੈ, ਤੁਹਾਡਾ ਕੰਮ ਕੀ ਵਿਗਾੜੇਗਾ? ਬਿੱਲੀ ਆਪਣੇ ਆਪ ਜੋਗੀ ਨਹੀਂ, ਤੁਹਾਡਾ ਕੰਮ ਕੀ ਵਿਗਾੜੇਗੀ?
ਕੋਈ ਰੇਠੇ ਦੇ ਰੇਠਿਆਂ ਨੂੰ ਖਾਈ ਜਾ ਰਿਹਾ ਆਖੇ ਜੀ ਇਹ ਪ੍ਰਸ਼ਾਦ ਹੈ, ਕੋਈ ਬੇਰੀ ਦੇ ਬੇਰ ਖਾਈ ਜਾ ਰਿਹਾ ਜੀ ਪ੍ਰਸ਼ਾਦ ਹੈ, ਕੋਈ ਕਿੱਕਰ ਦੀਆਂ ਫਲੀਆਂ ਖਾਈ ਜਾਂਦਾ ਹੈ ਆਖੇ ਜੀ ਇਹ ਪ੍ਰਸ਼ਾਦ ਹੈ, ਕੋਈ ਪਿੱਪਲਾਂ ਨੂੰ ਪਾਣੀ ਪਾਈ ਜਾਂਦਾ ਹੈ, ਕੋਈ ਸੂਰਜ ਨੂੰ ਪਾਣੀ ਪਾਈ ਜਾਂਦਾ ਹੈ, ਕੋਈ ਚੰਦਰਮਾ ਨੂੰ ਪੂਜੀ ਜਾ ਰਿਹਾ ਹੈ, ਅਤੇ ਕਮਾਲ ਦੀ ਗੱਲ ਹੈ ਕਈ ਧਾਗਿਆਂ ਤੋਂ ਡਰੀ ਜਾ ਰਹੇ ਨੇ। ਤੁਸੀਂ ਕਈਆਂ ਦੇ ਗੁੱਟ ਦੇ ਉੱਤੇ ਲਾਲ ਧਾਗਾ ਬੱਝਾ ਵੇਖਿਆ ਹੋਣਾ, ਪਤਾ ਕਿਉਂ? ਉਹ ਕਹਿੰਦੇ ਨੇ ਜਿਹੜਾ ਲਾਲ ਧਾਗਾ ਹੁੰਦਾ ਹੈ ਨਾ ਇਹ ਤਰੱਕੀ ਦੀ ਨਿਸ਼ਾਨੀ ਹੈ। ਲਾਲ ਧਾਗਾ ਗੁੱਟ ਦੇ ਨਾਲ ਬੰਨ ਕੇ ਰੱਖਣਾ, ਇਹਦੇ ਨਾਲ ਤਰੱਕੀ ਦੇ ਰਾਹ ਖੁੱਲ੍ਹਦੇ ਨੇ, ਅਤੇ ਜੇ ਲਾਲ ਧਾਗੇ ਦੇ ਨਾਲ ਤਰੱਕੀ ਦੇ ਰਾਹ ਖੁੱਲ੍ਹਦੇ ਨੇ। ਸਭ ਤੋਂ ਜ਼ਿਆਦਾ ਲਾਲ ਧਾਗੇ ਬੰਨਣ ਵਾਲੇ ਇੰਡੀਆ ਦੇ ਅੰਦਰ ਮਿਲਦੇ ਨੇ, ਅਤੇ ਇੰਡੀਆ ਪਛੜਿਆਂ ਦੇਸ਼ਾਂ ਦੇ ਅੰਦਰ ਆ ਰਿਹਾ। ਇੰਡੀਆ ਦੇ ਅੰਦਰ ਗਰੀਬ ਲੋਕਾਂ ਦੀ ਕਿੰਨੀ ਤਾਦਾਦ ਹੈ। ਚਲੋ ਮੈਂ ਤੁਹਾਡੀ ਗੱਲ ਨੂੰ ਖੰਡਨ ਕਰਦਾ ਹੀ ਨਹੀਂ, ਜੇ ਧਾਗੇ ਦੇ ਨਾਲ ਤਰੱਕੀ ਦੇ ਰਾਹ ਖੁੱਲ੍ਹਦੇ ਨੇ ਤੇ ਫਿਰ ਸਰਕਾਰਾਂ ਨੂੰ ਕਹੋ ਜਾਂ ਆਪ ਹੀ ਇੰਨੀ ਹਿੰਮਤ ਕਰੋ ਵੀ ਧਾਗਾ ਲੈ ਕੇ ਦੇਣਾ ਤਾਂ ਕੋਈ ਵੱਡੀ ਗੱਲ ਨਹੀਂ ਨਾ। ਗਰੀਬਾਂ ਦੀਆਂ ਬਸਤੀਆਂ ਵਿੱਚ ਜਾਓ, ਪਿੰਡਾਂ ਵਿੱਚ ਜਾਓ, ਘਰਾਂ ਵਿੱਚ ਜਾਓ, ਉਹਨਾਂ ਨੂੰ ਲਾਲ ਧਾਗੇ ਵੰਡੀ ਜਾਓ ਵੀ ਲਾਲ ਧਾਗਾ ਗੁੱਟ ਦੇ ਨਾਲ ਬੰਨ ਲਓ। ਵਿਹਨੇ ਕਿੰਨੀ ਕੁ ਤਰੱਕੀ ਹੁੰਦੀ, ਕੁਛ ਕਰਨ ਦੀ ਲੋੜ ਨਹੀਂ। ਸਕੂਲ ਬੰਦ ਕਰੋ, ਕਾਲਜ ਬੰਦ ਕਰੋ, ਕੰਪਨੀਆਂ ਵੱਡੀਆਂ ਫੈਕਟਰੀਆਂ ਬੰਦ ਕਰੋ, ਬਸ ਧਾਗੇ ਵੰਡ ਦਿਓ ਵੀ ਧਾਗੇ ਦੇ ਨਾਲ ਤਰੱਕੀ ਦਾ ਰਾਹ ਖੁੱਲ੍ਹਦਾ। ਅੱਛਾ ਕਈ ਬੱਚਿਆਂ ਨੂੰ ਜਾਂ ਆਪਣੇ ਡੌਲੇ ਦੇ ਨਾਲ ਨਾ ਕਾਲਾ ਧਾਗਾ ਬੰਨ ਲੈਂਦੇ ਨੇ, ਤਾਂ ਪੁੱਛੀਏ ਵੀ ਇਹਦਾ ਕਾਰਨ, ਅਤੇ ਉਹ ਇੱਕ ਗੱਲ ਕਹਿੰਦੇ ਨੇ ਜੀ ਕਾਰਨ ਤਾਂ ਕੋਈ ਨਹੀਂ, ਬਸ ਨਜ਼ਰ ਨਹੀਂ ਲੱਗਦੀ, ਕਾਰੋਬਾਰ ਨੂੰ ਨਜ਼ਰ ਨਹੀਂ ਲੱਗਦੀ, ਸਰੀਰ ਨੂੰ ਨਜ਼ਰ ਨਹੀਂ ਲੱਗਦੀ। ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਵੀ ਘਰਾਂ ਨੂੰ ਬਣਾ ਕੇ ਬਨੇਰੇ ਦੇ ਉੱਤੇ ਜੁੱਤਾ ਲਟਕਾ ਦਿੰਦੇ ਆ, ਕਾਰਾਂ ਦੇ ਅੱਗੇ ਪਿੱਛੇ ਬੰਪਰ ਦੇ ਨਾਲ ਜੁੱਤਾ ਬੰਨ ਦਿੰਦੇ ਹੋ ਇੰਡੀਆ ਦੇ ਅੰਦਰ ਵੀ ਨਜ਼ਰ ਨਾ ਲੱਗੇ। ਅਤੇ ਮੈਂ ਵੀਡੀਓ ਪਾਈ ਸੀ ਵੀ ਸਭ ਤੋਂ ਕੀਮਤੀ ਤੁਹਾਡੀ ਜ਼ਿੰਦਗੀ ਹੈ, ਤੁਹਾਡੀ ਲਾਈਫ ਹੈ, ਇੱਕ ਗੱਲ ਦੇ ਅੰਦਰ ਵੀ ਜੁੱਤਾ ਪਾ ਲਿਆ ਕਰੋ ਵੀ ਤੁਹਾਨੂੰ ਨਜ਼ਰ ਨਾ ਲੱਗੇ। ਜੁੱਤਾ ਵੱਡਾ ਹੈ, ਧਾਗਾ ਛੋਟਾ ਹੈ, ਹੋ ਸਕਦਾ ਹੈ ਧਾਗੇ ਤੋਂ ਤੁਹਾਡੀ ਨਜ਼ਰ ਬਚਾਈ ਨਾ ਜਾਏ, ਅਤੇ ਜੁੱਤੀ ਤਾਂ ਬਚਾਈ ਲੈ ਗਏ ਨਾ, ਜੁੱਤੀ ਗੱਲ ਦੇ ਵਿੱਚ ਪਾ ਲਿਆ ਕਰੋ, ਕੀ ਲੋੜ ਹੈ। ਖੈਰ ਪੜ੍ਹੇ ਲਿਖੇ ਵਰਗ ਦੇ ਲੋਕ ਵੀ ਪਿੱਛੇ ਨਹੀਂ ਹੈ, ਉਹ ਵੀ ਬੇਵਕੂਫ ਬਣ ਕੇ ਅਤੇ ਵਹਿਮ ਅਤੇ ਭਰਮ ਨੂੰ ਨਿਤਾ ਪ੍ਰਤੀ ਬੜਾਵਾ ਦੇਣ ਦਾ ਹੀ ਕੰਮ ਕਰ ਰਹੇ ਨੇ, ਵਹਿਮ ਦੇ ਵਿੱਚੋਂ ਨਿਕਲਣ ਦਾ ਯਤਨ ਨਹੀਂ ਕਰ ਰਹੇ। ਡੁੱਬਦੇ ਸੂਰਜ ਨੂੰ, ਉੱਗਦੇ ਸੂਰਜ ਨੂੰ, ਕੋਈ ਚੰਦਰਮਾ ਨੂੰ, ਕੋਈ ਪਾਣੀ ਨੂੰ, ਫਲਾਣੀ ਨਦੀ ਤੋਂ ਪਾਣੀ ਲਿਆਂਦਾ ਹੈ ਜੀ ਬੜਾ ਪਵਿੱਤਰ ਹੈ, ਮਰੀਜ਼ ਦੇ ਮੂੰਹ ਵਿੱਚ ਪਾਓ, ਮੁਰਦੇ ਦੇ ਮੂੰਹ ਵਿੱਚ ਪਾਓ ਜੀ ਬੜਾ ਪਵਿੱਤਰ ਹੈ। ਕੋਈ ਨਦੀ ਦੇ ਪਾਣੀ ਨੂੰ ਪਵਿੱਤਰ ਮੰਨੀ ਜਾ ਰਿਹਾ ਉੱਥੋਂ ਡਰੀ ਜਾ ਰਿਹਾ, ਕੋਈ ਕਿਸੇ ਸਰੋਵਰ ਦੇ ਪਾਣੀ ਨੂੰ ਪਵਿੱਤਰ ਮੰਨੀ ਜਾ ਰਿਹਾ ਤਾਂ ਉੱਥੋਂ ਡਰੀ ਜਾ ਰਿਹਾ। ਖੈਰ ਕੋਈ ਪੱਥਰਾਂ ਨੂੰ ਪੂਜੀ ਜਾ ਰਿਹਾ, ਕਿਸੇ ਨੂੰ ਵੇਖੋ ਨਾ ਚਾਂਦੀ ਦੇ ਅੰਦਰ ਕੋਈ ਨੀਲਮ ਪਾਇਆ ਹੈ, ਮੂੰਗਾ ਪਾਇਆ ਹੈ, ਪੁਖਰਾਜ ਪਾਇਆ ਹੈ, ਕਿਸੇ ਹੋਰ ਹੋਰ ਧਾਤੂ ਦੇ ਵਿੱਚ ਪਾਇਆ, ਮੁੰਦਰੀਆਂ ਦੇ ਵਿੱਚ ਪਾਇਆ। ਅਤੇ ਜੇ ਉਹਨੂੰ ਪੁੱਛੋ ਜੀ ਕਿਉਂ, ਤਾਂ ਕਈਆਂ ਕੋਲ ਤਾਂ ਗੱਲ ਹੁੰਦਾ ਮੈਂ ਤਾਂ ਨਹੀਂ ਸੀ ਜੀ ਪਾਉਣਾ, ਮੇਰੀ ਜਨਾਨੀ ਦਾ ਸ਼ੌਂਕ ਉਹ ਲਏ ਮੈਂ ਪਾ ਲਿਆ, ਪਰ ਇਹ ਸਾਰੇ ਟਕੌਂਸਲੇਬਾਜ਼ੀ ਹੈ, ਇਹ ਤੁਸੀਂ ਆਪ ਪਾਉਂਦੇ ਹੋ, ਜਾਣ ਬੁੱਝ ਕੇ ਪਾਉਂਦੇ ਹੋ, ਅਤੇ ਡਰ ਦੇ ਮਾਰੇ ਪਾਉਂਦੇ ਹੋ, ਵਹਿਮ ਦੇ ਮਾਰੇ ਪਾਉਂਦੇ ਹੋ, ਅੰਦਰੋਂ ਬਿਮਾਰ ਹੋ ਮਾਨਸਿਕ ਤਲ ਦੇ ਉੱਤੇ ਤਾਂ ਪਾਉਂਦੇ ਹੋ। ਅੱਛਾ ਕਿਉਂ, ਵੇਖੋ ਜੀ ਪੰਡਿਤ ਜੀ ਨੇ ਕਿਹਾ ਵੀ ਚਾਂਦੀ ਦੇ ਅੰਦਰ ਮੂੰਗਾ ਪਾ ਅਤੇ ਤੇਰੇ ਤਰੱਕੀ ਦੇ ਰਾਹ ਖੁੱਲ੍ਹ ਜਾਣਗੇ, ਜਾਂ ਇਸ ਧਾਤੂ ਦੇ ਅੰਦਰ ਨੀਲਮ ਪਾ ਅਤੇ ਤਾਂ ਤੇਰੇ ਰਾਹ ਖੁੱਲ੍ਹ ਜਾਣਗੇ। ਪੱਥਰਾਂ ਤੋਂ ਡਰੀ ਜਾ ਰਿਹਾ, ਮੂੰਗਾ ਪੁਖਰਾਜ ਕੀ ਪੱਥਰ ਹੀ ਹੈ ਨਾ, ਅਤੇ ਪੱਥਰਾਂ ਤੋਂ ਡਰੀ ਜਾ ਰਿਹਾ। ਹੁਣ ਅਖੀਰ ਦੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਗੱਲ ਕਰਕੇ ਅਤੇ ਵੀਡੀਓ ਨੂੰ ਸਮਾਪਤ ਕਰੀਏ। ਇਹ ਸਭ ਕੁਝ ਤਾਂ ਹੋ ਰਿਹਾ ਹੈ ਕਿਉਂਕਿ ਤੁਹਾਨੂੰ ਖੁਦ ਦੇ ਉੱਤੇ ਵਿਸ਼ਵਾਸ ਨਹੀਂ ਹੈ, ਤੁਹਾਨੂੰ ਆਪਣੇ ਦੇ ਵਿਸ਼ਵਾਸ ਨਹੀਂ ਹੈ ਕਿ ਮੇਰੇ ਅੰਦਰ ਕੋਈ ਸਮਰੱਥਾ ਹੈ, ਨਾ ਆਪਣੀ ਮਿਹਨਤ 'ਤੇ ਵਿਸ਼ਵਾਸ, ਨਾ ਖੁਦ ਦੇ ਉੱਤੇ ਵਿਸ਼ਵਾਸ,
ਤੁਹਾਡਾ ਵਿਸ਼ਵਾਸ ਕਿੱਥੇ ਡਿੱਗਿਆ? ਧਾਗਿਆਂ ਦੇ ਉੱਤੇ, ਤਵੀਜ਼ਾਂ ਦੇ ਉੱਤੇ, ਰੁੱਖਾਂ ਦੇ ਉੱਤੇ, ਜੰਡੀਆਂ ਪਿੱਪਲਾਂ ਦੇ ਉੱਤੇ, ਜਾਂ ਸੱਜੇ ਖੱਬੇ ਇਸ ਤਰ੍ਹਾਂ ਦੀਆਂ ਹੋਰ ਕਈ ਚੀਜ਼ਾਂ ਦੇ ਉੱਤੇ? ਸਹਾਰਾ ਤਾਂ ਉਹਦਾ ਲੈ ਕੇ ਚੱਲ ਰਹੇ ਹੋ। ਆਪਣੇ ਸਹਾਰੇ ਦੇ ਉੱਤੇ ਜੀਣ ਦੀ ਕਲਾ ਸਿੱਖੋ। ਤੁਹਾਨੂੰ ਖੁਦ 'ਤੇ ਭਰੋਸਾ ਨਹੀਂ, ਖੁਦ 'ਤੇ ਵਿਸ਼ਵਾਸ ਨਹੀਂ, ਡਰੇ ਡਰੇ ਫਿਰਦੇ ਹੋ। ਜਿਸ ਦਿਨ ਤੁਹਾਨੂੰ ਖੁਦ 'ਤੇ ਭਰੋਸਾ ਬਣ ਜਾਏਗਾ ਨਾ, ਮੇਰਾ ਦਾਅਵਾ ਹੈ, ਤੁਹਾਡੇ ਸਾਹਮਣੇ ਕੋਈ ਵੀ ਆ ਜਾਏਗਾ, ਡਰੋਗੇ ਨਹੀਂ। ਕਿਉਂ? ਕਿਉਂਕਿ ਤੁਹਾਨੂੰ ਪਤਾ ਹੈ ਵੀ ਮੇਰੀ ਮਿਹਨਤ ਦੇ ਨਾਲ ਤਰੱਕੀ ਹੋਈ, ਮੇਰੀ ਮਿਹਨਤ ਦੇ ਨਾਲ ਰਾਹ ਖੁੱਲ੍ਹਿਆ। ਇੱਕ ਮੇਰੀ ਮਿਹਨਤ ਅਤੇ ਦੂਜੀ ਨਿਰੰਕਾਰ ਖੁਦਾ ਪਰਮਾਤਮਾ ਗੌਡ ਦੀ ਰਹਿਮਤ, ਮੇਰੀ ਮਿਹਨਤ, ਉਹਦੀ ਰਹਿਮਤ, ਇਹਦੇ ਨਾਲ ਦਰਵਾਜ਼ਾ ਖੁੱਲ੍ਹਾ ਹੈ, ਇਹਦੇ ਨਾਲ ਤਰੱਕੀ ਹੋਈ ਹੈ। ਮੈਂ ਚੰਗੇ ਰਾਹ ਤੁਰਿਆਂ ਤਾਂ ਤਰੱਕੀ ਹੋਈ ਹੈ, ਚੰਗੀ ਮਿਹਨਤ ਕੀਤੀ ਤਾਂ ਤਰੱਕੀ ਹੋਈ। ਜਿਸ ਦਿਨ ਖੁਦ 'ਤੇ ਭਰੋਸਾ ਰੱਖੋਗੇ ਨਾ, ਇਹ ਸਾਰੇ ਵਹਿਮ ਤੁਹਾਡੇ ਗਲੋਂ ਲੈ ਜਾਣਗੇ। ਅਖੀਰ 'ਤੇ ਇੱਕ ਹੋਰ ਗੱਲ ਕਰਦਿਆਂ, ਜਿਨ੍ਹਾਂ ਦੇਸ਼ਾਂ ਦੇ ਅੰਦਰ ਇਹ ਵਹਿਮ ਨਹੀਂ, ਨਾ ਧਾਗਾ, ਨਾ ਤਵੀਜ਼, ਨਾ ਰੁੱਖ, ਨਾ ਪਾਣੀ ਦੀ ਪੂਜਾ, ਨਾ ਪੱਥਰਾਂ ਦੀ ਪੂਜਾ, ਉਹ ਤੁਹਾਡੇ ਪੂਜਾ ਕਰਨ ਵਾਲਿਆਂ ਨਾਲੋਂ ਅੱਗੇ ਨੇ। ਅਤੇ ਤੁਸੀਂ 50-50 ਲੱਖ ਦੇ ਕੇ ਕੰਧਾ ਟੱਪ ਟੱਪ ਕੇ ਉਹਨਾਂ ਦੇਸ਼ਾਂ ਦੇ ਅੰਦਰ ਆਉਣਾ ਚਾਹੁੰਦੇ ਹੋ ਜਿਨ੍ਹਾਂ ਦੇਸ਼ਾਂ ਦੇ ਅੰਦਰ ਇਹ ਵਹਿਮ ਵੇਖਣ ਵਾਸਤੇ ਵੀ ਨਹੀਂ ਮਿਲਦਾ। ਵਹਿਮੀ ਨਾ ਬਣੋ, ਆਪਣੇ 'ਤੇ ਭਰੋਸਾ ਰੱਖੋ, ਆਪਣੀ ਮਿਹਨਤ 'ਤੇ ਭਰੋਸਾ ਰੱਖੋ, ਤਰੱਕੀ ਇਸ